पंजाबी अपडेट वालों आप सब स्रोत्यानु जी आयानु जेकर तुसी चैनल नू सबसक्राइब नहीं कीता तो चैनल नू सबसक्राइब कर लो अते बैल आइकन ऑल ते क्लिक कर लो जिस नाल साडी अपडेट सब तो पहला तुहाडे तक पहुँच सके अते वीडियो लाइक अते शेयर जरूर कर लियो। ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ। ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ। ਇੰਡੀਆ ਕੈਨੇਡਾ ਇਸ਼ੂ ਜਾਇਦਾਦ ਦੀ ਭੰਨ ਤੋੜ ਕਰਨ ਵਾਲੇ ਖਾਲਿਸਤਾਨੀਆਂ ਦੀ ਹੁਣ ਖੈਰ ਨਹੀਂ, ਸਰਕਾਰ ਚੁੱਕੇਗੀ ਇਹ ਕਦਮ। ਨਵੀਂ ਦਿੱਲੀ ਸਰਕਾਰ ਖਾਲਿਸਤਾਨ ਅੱਤਵਾਦੀ ਖਿਲਾਫ਼ ਇੱਕ ਹੋਰ ਵੱਡੀ ਕਾਰਵਾਈ ਕਰਨ ਦੀ ਤਿਆਰੀ ਹੈ। ਸੂਤਰਾਂ ਦੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਸਰਕਾਰ ਵਿਦੇਸ਼ ਵਿੱਚ ਭਾਰਤ ਜਾਇਦਾਦ ਦੀ ਭੰਨ ਤੋੜ ਕਰਨ ਵਾਲੇ ਉੱਥੇ ਹਿੰਸਕ ਪ੍ਰਦਰਸ਼ਨ ਕਰਨ ਵਾਲੇ ਖਾਲਿਸਤਾਨੀਆਂ ਨੂੰ ਬਖਸ਼ਣ ਦੇ ਮੂਡ ਵਿੱਚ ਨਹੀਂ। ਅਜਿਹੇ ਲੋਕ ਦੇ ਪਾਸਪੋਰਟ ਉੱਤੇ ਓਵਰਸੀਜ਼ ਸਿਟੀਜ਼ਨਸ ਆਫ ਇੰਡੀਆ ਕਾਰਡ ਰੱਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਵੀ ਯੋਜਨਾ ਬਣਾਈ ਜਾ ਰਹੀ ਹੈ ਕਿ ਭਾਰਤ ਏਜੰਸੀਆਂ ਦੀ ਵੀਸ ਮਾਮਲੇ ਦੀ ਜਾਂਚ ਸ਼ੁਰੂ ਕਰ ਦੇਗੀਆਂ। ਲੰਘਣ ਵਿੱਚ ਪਿਛਲੇ ਕੁਝ ਸਮੇਂ ਵਿੱਚ ਖਾਲਿਸਤਾਨੀਆਂ ਨੇ ਭਾਰਤ ਦੂਤਾਵਾਸ ਵਿੱਚੋਂ ਤੋੜਫੋੜ ਕੀਤੀ ਗਈ ਸੀ। ਅਜਿਹਾ ਹੋਰ ਵੀ ਖਬਰਾਂ ਮਿਲੀਆਂ ਸਨ, ਪਰ ਹੁਣ ਤੋੜਫੋੜ ਕਰਨ ਵਾਲੇ ਖਾਲਿਸਤਾਨੀਆਂ ਦੀ ਹੁਣ ਖੈਰ ਨਹੀਂ, ਸਾਰੇ ਏਅਰਪੋਰਟ 'ਤੇ ਦਿੱਤੀ ਜਾਵੇਗੀ ਜਾਣਕਾਰੀ। ਸੂਤਰਾਂ ਮੁਤਾਬਿਕ ਦੇਸ਼ 'ਚ ਭਾਰਤ ਸੰਸਦ ਕੌਂਸਲੇਟ ਦੇ ਦੂਤਾਵਾਸ ਨੂੰ ਨੁਕਸਾਨ ਪਹੁੰਚਾਉਣ ਵਾਲੇ ਜਾਂ ਉੱਥੇ ਹਿੰਸਕ ਪ੍ਰਦਰਸ਼ਨ ਕਰਨ ਵਾਲੇ ਲੋਕਾਂ ਦੇ ਭਾਰਤ ਪਾਸਪੋਰਟ ਅਤੇ ACI ਕਾਰਡ ਰੱਦ ਕੀਤੇ ਜਾ ਸਕਦੇ ਹਨ। ਇਹਨਾਂ ਹੀ ਨਹੀਂ, ਉਹਨਾਂ ਦੀ ਪੂਰੀ ਜਾਣਕਾਰੀ ਭਾਰਤ ਦੇ ਸਾਰੇ ਹਵਾਈ ਅੱਡਿਆਂ ਨੂੰ ਦਿੱਤੀ ਜਾਵੇਗੀ ਅਤੇ ਭਾਰਤ 'ਚ ਇਹਨਾਂ ਖਿਲਾਫ਼ ਕਾਨੂੰਨੀ ਕਾਰਵਾਈ ਦੇ ਬਲੂਪ੍ਰਿੰਟ ਵੀ ਤਿਆਰ ਕੀਤੇ ਜਾਣਗੇ। ਕੈਨੇਡਾ, ਅਮਰੀਕਾ, ਬ੍ਰਿਟੇਨ ਨੂੰ ਦਿੱਤੀ ਗਈ ਜਾਣਕਾਰੀ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹੋਏ ਸਾਰੇ ਹਿੰਸਕ ਪ੍ਰਦਰਸ਼ਨਾਂ ਦੇ ਸਾਰੇ ਵੇਰਵੇ ਕੈਨੇਡਾ, ਅਮਰੀਕਾ, ਬ੍ਰਿਟੇਨ ਅਤੇ ਹੋਰ ਦੇਸ਼ਾਂ ਨੂੰ ਦਿੱਤੇ ਗਏ ਹਨ। ਸੂਤਰਾਂ 'ਚ ਉਹਨਾਂ ਲੋਕਾਂ ਦੀ ਸੂਚੀ ਬਣਾਈ ਗਈ ਹੈ ਜੋ ਅਜਿਹੇ ਪ੍ਰਦਰਸ਼ਨਾਂ ਨੂੰ ਲਗਾਤਾਰ ਸਰਗਰਮ ਹਨ। ਉਹਨਾਂ ਦਾ ਮਕਸਦ ਭਾਰਤ ਦੇ ਅਕਸ ਨੂੰ ਖਰਾਬ ਕਰਨਾ ਹੈ। NIA ਨੇ 25 ਅੱਤਵਾਦੀਆਂ ਦੀ ਸੂਚੀ ਕੀਤੀ ਤਿਆਰ। ਤੁਹਾਨੂੰ ਦੱਸ ਦਈਏ ਕਿ ਭਾਰਤ ਸੁਰੱਖਿਆ ਏਜੰਸੀ ਨੇ ਖਾਲਿਸਤਾਨੀ ਸਾਜ਼ਿਸ਼ ਦੇ ਦੋਹਰੀ ਹਮਲਾ ਕੀਤਾ ਹੈ। ਭਾਰਤ 'ਚ ਅੱਤਵਾਦੀਆਂ ਨੇ ਜਾਇਦਾਦ ਨੂੰ ਜ਼ਬਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਰਾਸ਼ਟਰੀ ਜਾਂਚ ਏਜੰਸੀ ਯਾਨੀ NIA ਨੇ ਅਜਿਹੇ 25 ਅੱਤਵਾਦੀਆਂ ਦੀ ਸੂਚੀ ਤਿਆਰ ਕੀਤੀ ਹੈ। ਕੱਲ੍ਹ NIA ਨੇ ਖਾਲਿਸਤਾਨੀ ਅੱਤਵਾਦੀ ਗੁਰਪ੍ਰਤਵੰਤ ਸਿੰਘ ਪੁੰਨੂ ਦੀ ਚੰਡੀਗੜ੍ਹ 'ਚ ਜਾਇਦਾਦ ਜ਼ਬਤ ਕੀਤੀ ਸੀ। ਪੁੰਨੂ ਭਾਰਤ ਵਿੱਚ ਮੋਸਟ ਵਾਂਟਿਡ ਹੈ। ਭਾਰਤ ਵਿੱਚ ਇਸ ਵਿਰੁੱਧ ਕਈ ਗੰਭੀਰ ਧਾਰਾ ਤਹਿਤ ਕੇਸ ਦਰਜ ਹਨ। ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ।